सत श्री अकाल, तुसीं देख रहे हो द पंजाब टीवी। तो मैं हाँ जज सिंह चहल। चोणां दे नेड़े आउंदिआं लीडरां दी बोलबाणी बदलण दी गल तां अक्सर ही सुनी सी, पर इस वेले बिल्कुल एक गल सच हुंदी दिखाई दे रही है। श्रोमणी अकाली दल दे प्रधान सुखबीर सिंह बादल, जो कि टकसालियां नूं अपने पिता समान कहिंदे सन, चोणां नेड़े आउंदिआं ही उन्हां ते निशाने साधन लगे ने। सुखबीर सिंह बादल ने तां टकसालियां नूं भगौड़े करार दे दित्ता है। आ जिहड़ा श्रोमणी अकाली दल भगौड़ा बणिआ है, पार्टी नवीं बणी है, उहनूं अकाली दल नहीं मंनदे। ਤੁਸੀਂ ਇਸ ਅਸੈਂਬਲੀ ਇਲੈਕਸ਼ਨ 'ਚ ਹੀ ਤੁਸੀਂ ਦੇਖ ਲਓਗੇ, ਪਾਰਲੀਮੈਂਟ ਇਲੈਕਸ਼ਨ ਤੁਸੀਂ ਦੇਖ ਲਓਗੇ, ਉਹਨਾਂ ਦੀ ਹਿੰਮਤ ਹੀ ਨਹੀਂ ਆਪ ਖੜੇ ਹੁੰਦੇ। ਜਿਹਨੇ ਤਿੰਨੇ ਲੀਡਰ ਉਹਨਾਂ ਦੇ ਹੈ, ਕਹਿੰਦੇ ਅਸੀਂ ਨਹੀਂ ਇਲੈਕਸ਼ਨ ਲੜਾਂਗੇ। ਹਾਲਾਤ ਹੈ ਕਿਉਂਕਿ ਉਹਨੂੰ ਪਤਾ ਉਹਨਾਂ ਪੈਰਾਂ ਥੱਲੋਂ ਜ਼ਮੀਨ ਅਸੀਂ ਨਹੀਂ ਖਿੱਚਦੀ ਹੈ। 100% ਸਟ੍ਰੈਟਜੀ ਨਾਲ ਵੀ। ਜਦੋਂ ਸੁਖਬੀਰ ਸਿੰਘ ਬਾਦਲ ਤੋਂ ਇਹ ਪੁੱਛਿਆ ਗਿਆ ਕਿ ਟਕਸਾਲੀਆਂ ਨੂੰ ਤਾਂ ਕਿਸੇ ਨੇ ਮੂੰਹ ਨਹੀਂ ਲਾਉਣਾ, ਪਰ ਕੀ ਤੁਹਾਡੀ ਚੋਣਾਂ ਦੇ ਲਈ ਤਿਆਰੀ ਪੂਰੀ ਹੈ, ਤਾਂ ਉਹਨਾਂ ਨੇ ਕੀ ਜਵਾਬ ਦਿੱਤਾ ਉਹ ਵੀ ਸੁਣ ਲੈਂਦੇ ਆ। ਚੋਣਾਂ ਨੂੰ ਤਿਆਰੀ ਕਿ ਸਾਡੀ ਪੂਰੀ ਤਿਆਰੀ ਹੈ। ਲੋਕਾਂ ਵਿੱਚ ਨਫ਼ਰਤ ਹੈ ਇਸ ਕਾਂਗਰਸ ਸਰਕਾਰ ਕੋਲੇ, ਜੋ ਉਹਨੇ ਕੈਪਟਨ ਸਾਹਿਬ ਨੇ ਝੂਠੀਆਂ ਸਹੁੰਆਂ ਖਾਧੀਆਂ ਸੀ। ਮੈਂ ਕਹਿੰਦਾ ਸਭ ਤੋਂ ਵੱਡੀ ਬੇਅਦਬੀ ਉਹ ਹੈ, ਤੁਸੀਂ ਸੁਣੀ ਹੋਣੀ ਹੈ ਟੀਵੀ 'ਤੇ, ਮੈਂ ਵੀ ਸੁਣੀ ਸੀ, ਗੁਟਕਾ ਸਾਹਿਬ ਦੇ ਹੱਥ ਰੱਖ ਕੇ ਕਹਿੰਦਾ ਤਖ਼ਤ ਸ੍ਰੀ ਤਲਵੰਡੀ ਸਾਹਿਬ ਉੱਧਰ ਦੇਖ ਕੇ ਸਹੁੰ ਖਾਧੀ ਸੀ। ਜਿਹੜੀ ਸਹੁੰ ਖਾ ਕੇ ਮੁੱਕਰ ਜੇ ਬੰਦਾ, ਇਹ ਤੋਂ ਮਾੜਾ ਬੰਦਾ ਕੌਣ ਕੀ ਹੋ ਸਕਦਾ। ਦਰਅਸਲ ਸੁਖਬੀਰ ਸਿੰਘ ਬਾਦਲ ਸਾਰੇ ਪੰਜਾਬ ਦੇ ਵਿੱਚ ਆਪਣੇ ਵਰਕਰਾਂ ਦੇ ਨਾਲ ਵਰਕਰ ਮਿਲਣੀ ਪ੍ਰੋਗਰਾਮ ਕਰਦੇ ਦਿਖਾਈ ਦਿੰਦੇ ਨੇ, ਜਿਸ ਦੇ ਤਹਿਤ ਉਹ ਪਟਿਆਲੇ ਦੇ ਨਾਭਾ ਵਿੱਚ ਪਹੁੰਚੇ ਸਨ, ਜਿੱਥੇ ਉਹਨਾਂ ਨੇ ਵਰਕਰਾਂ ਦੇ ਨਾਲ ਮੀਟਿੰਗ ਕੀਤੀ ਅਤੇ ਆਪਣੇ ਭਾਸ਼ਣ ਦੇ ਵਿੱਚ ਉਹ ਇੱਕ ਗੱਲ ਫਿਰ ਤੋਂ ਦੁਹਰਾਉਂਦੇ ਦਿਖਾਈ ਦਿੱਤੇ ਕਿ ਕਾਂਗਰਸ ਪਾਰਟੀ ਸਾਡੇ ਵਰਕਰਾਂ 'ਤੇ ਬਹੁਤ ਨਜਾਇਜ਼ ਪਰਚੇ ਕਰਵਾ ਰਹੀ ਹੈ, ਜਿਸ ਦਾ ਬਦਲਾ ਉਹਨਾਂ ਦੀ ਸਰਕਾਰ ਬਣਨ ਤੋਂ ਬਾਅਦ ਲਿਆ ਜਾਏਗਾ। ਇੱਕ ਵਾਰ ਫਿਰ ਤੋਂ ਉਹਨਾਂ ਨੇ ਅਫਸਰਸ਼ਾਹੀ ਨੂੰ ਵੀ ਇਹ ਚੇਤਾਵਨੀ ਦਿੱਤੀ ਹੈ ਕਿ ਸਰਕਾਰਾਂ ਬਦਲਦੀਆਂ ਰਹਿੰਦੀਆਂ ਨੇ, ਉਹਨਾਂ ਨੂੰ ਝੂਠੇ ਪਰਚੇ ਨਹੀਂ ਕਰਨੇ ਚਾਹੀਦੇ। ਪੁਲਿਸ ਅਫਸਰਾਂ ਨੂੰ ਇੱਕ ਵਾਰ ਫਿਰ ਤੋਂ ਸੁਖਬੀਰ ਸਿੰਘ ਬਾਦਲ ਨੇ ਤਾੜਨਾ ਕੀਤੀ ਹੈ, ਪਰ ਇੱਥੇ ਮੁੱਖ ਗੱਲ ਦੇਖਣ ਵਾਲੀ ਇਹ ਹੈ ਕਿ ਜਿਹੜੇ ਸੁਖਬੀਰ ਸਿੰਘ ਬਾਦਲ ਕੁਝ ਦਿਨ ਪਹਿਲਾਂ ਤੱਕ ਟਕਸਾਲੀਆਂ ਨੂੰ ਆਪਣੇ ਪਿਤਾ ਸਮਾਨ ਕਹਿੰਦੇ, ਉਹਨਾਂ ਦੀ ਇੱਜ਼ਤ ਕਰਦੇ ਦਿਖਾਈ ਦਿੰਦੇ ਸਨ, ਚੋਣਾਂ ਨੇੜੇ ਆਉਂਦੇ ਆ ਉਹਨਾਂ ਨੇ ਆਪਣੇ ਸਿਆਸੀ ਵਿਰੋਧੀ ਬਣਾ ਲੈਣੇ ਅਤੇ ਉਹਨਾਂ ਦੀ ਬੇਇੱਜ਼ਤੀ ਕਰਨੀ ਵੀ ਸ਼ੁਰੂ ਕਰ ਦਿੱਤੀ ਹੈ। ਉਹਨਾਂ ਨੇ ਤਾਂ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਦਾ ਨਾਂ ਸ਼੍ਰੋਮਣੀ ਅਕਾਲੀ ਦਲ ਭਗੌੜਾ ਤੱਕ ਰੱਖ ਦਿੱਤਾ ਹੈ। ਦਰਅਸਲ ਸੁਖਬੀਰ ਸਿੰਘ ਬਾਦਲ ਨੂੰ ਪੰਜਾਬ ਦੇ ਵਿੱਚ ਇਸ ਵੇਲੇ ਲੋਕ ਸਭਾ ਚੋਣਾਂ ਦੇ ਲਈ ਉਮੀਦਵਾਰ ਨਹੀਂ ਲੱਭ ਰਹੇ, ਖਾਸਕਰ ਕਈ ਸੀਟਾਂ ਅਜਿਹੀਆਂ ਨੇ ਜਿਸ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਦਾ ਪੇਜ ਫਸਿਆ ਹੋਇਆ, ਜਿਸ ਵਿੱਚ ਪਟਿਆਲਾ ਅਤੇ ਸੰਗਰੂਰ ਦੀ ਸੀਟ ਨੂੰ ਮੁੱਖ ਤੌਰ ਤੇ ਦੇਖਿਆ ਜਾ ਸਕਦਾ ਹੈ, ਕਿਉਂਕਿ ਪਟਿਆਲਾ ਤੋਂ ਜਿਨ੍ਹਾਂ ਨੇ ਕਿ ਕੈਪਟਨ ਅਮਰਿੰਦਰ ਸਿੰਘ ਦੇ ਖਿਲਾਫ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਚੋਣ ਲੜੀ ਸੀ, ਜਨਰਲ ਜੇਜੇ ਸਿੰਘ, ਉਹ ਤਾਂ ਹੁਣ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਦੇ ਵਿੱਚ ਜਾ ਚੁੱਕੇ ਨੇ, ਅਤੇ ਸੰਗਰੂਰ ਸੀਟ ਨੂੰ ਲੈ ਕੇ ਵੀ ਢੀਂਡਸਾ ਪਰਿਵਾਰ ਨੇ ਚੋਣ ਲੜਨ ਤੋਂ ਨਾਂਹ ਕਰ ਦਿੱਤੀ ਹੈ। ਇਸ ਕਰਕੇ ਸੁਖਬੀਰ ਸਿੰਘ ਬਾਦਲ ਲਈ ਇਹ ਬਹੁਤ ਮੁਸ਼ਕਲ ਹੋ ਰਿਹਾ ਕਿ ਉਹ ਆਪਣੇ ਕੈਂਡੀਡੇਟਸ ਕਿੱਥੋਂ ਲੱਭਣ। ਫਿਰੋਜ਼ਪੁਰ ਦੀ ਸੀਟ ਨੂੰ ਲੈ ਕੇ ਵੀ ਸ਼ੇਰ ਸਿੰਘ ਘੁਬਾਇਆ ਨੇ ਸਾਫ਼ ਇਨਕਾਰ ਕਰ ਦਿੱਤਾ। ਉਹਨਾਂ ਦਾ ਕਹਿਣਾ ਹੈ ਕਿ ਜਿੰਨੀ ਦੇਰ ਤੱਕ ਸੁਖਬੀਰ ਸਿੰਘ ਬਾਦਲ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਹੈ, ਉਹ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਇਹ ਚੋਣ ਲੋਕ ਸਭਾ ਦੀ ਚੋਣ ਨਹੀਂ ਲੜਨਗੇ। ਇਸ ਕਰਕੇ ਸੁਖਬੀਰ ਸਿੰਘ ਬਾਦਲ ਨੇ ਹੁਣ ਹਮਲਾਵਰ ਰੁੱਖ ਅਪਣਾਉਣ ਦੀ ਕੋਸ਼ਿਸ਼ ਕੀਤੀ ਹੈ, ਜਿਸ ਦੇ ਤਹਿਤ ਉਹਨਾਂ ਟਕਸਾਲੀਆਂ ਨੂੰ ਭਗੌੜੇ ਤੱਕ ਕਰਾਰ ਦੇ ਦਿੱਤਾ ਹੈ। ਅਤੇ ਇਹੀ ਸਵਾਲ ਹੁਣ ਅਸੀਂ ਤੁਹਾਡੇ ਤੋਂ ਦਾ ਪੰਜਾਬ ਟੀਵੀ ਦੇ ਦਰਸ਼ਕਾਂ ਤੋਂ ਪੁੱਛ ਲੈਣਾ ਚਾਹੁੰਦੇ ਹਾਂ ਕਿ ਕੀ ਤੁਹਾਨੂੰ ਲੱਗਦਾ ਹੈ ਕਿ ਇਹ ਚੋਣਾਂ ਦਾ ਹੀ ਅਸਰ ਹੈ ਕਿ ਜਿਨ੍ਹਾਂ ਲੀਡਰਾਂ ਨੂੰ ਉਹ ਪਿਤਾ ਸਮਾਨ ਕਹਿੰਦੇ ਸਨ ਹੁਣ ਉਹਨਾਂ ਨੂੰ ਭਗੌੜੇ ਕਰਾਰ ਦਿੰਦੇ ਦਿਖਾਈ ਦੇ ਰਹੇ ਨੇ। ਇਸ ਬਾਰੇ ਤੁਹਾਡੀ ਕੀ ਰਾਏ ਹੈ, ਇਸ ਵੀਡੀਓ 'ਤੇ ਕਮੈਂਟ ਕਰਕੇ ਆਪਣੀ ਰਾਏ ਜ਼ਰੂਰ ਦਿਓ। ਜੇਕਰ ਤੁਸੀਂ ਪੰਜਾਬ ਦੀ ਕਿਸੇ ਵੀ ਖਬਰ ਤੋਂ ਖੁੰਝਣਾ ਨਹੀਂ ਚਾਹੁੰਦੇ ਤਾਂ ਸਾਡੇ ਚੈਨਲ ਨੂੰ ਯੂਟਿਊਬ 'ਤੇ ਸਬਸਕ੍ਰਾਈਬ ਜ਼ਰੂਰ ਕਰ ਲਓ ਅਤੇ ਪਲੇ ਸਟੋਰ 'ਤੇ ਜਾ ਕੇ ਦਾ ਪੰਜਾਬ ਟੀਵੀ ਦਾ ਐਪ ਵੀ ਡਾਊਨਲੋਡ ਕਰ ਲਓ। ਮੈਂ ਜੱਜ ਸਿੰਘ ਚਾਹਲ ਅਗਲੀ ਵਾਰ ਫਿਰ ਹਾਜ਼ਰ ਹੋਵਾਂਗਾ, ਤੁਸੀਂ ਬਣੇ ਰਹੋ ਦਾ ਪੰਜਾਬ ਟੀਵੀ ਦੇ ਨਾਲ।